ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਸਨੀ ਦਾ ਰੋਡ ਸ਼ੋਅ ਕੀਤਾ, ਮੁੰਡਿਆਂ ਨੇ, ਉਹ ਸਾਰਿਆਂ ਨੂੰ ਮੈਂ ਮੱਥਾ ਚੁੰਮ ਕੇ ਰਜ ਕੇ ਪਿਆਰ ਦਿੰਦਾ। ਕੰਪੇਨਿੰਗ, ਮੈਂ ਕੰਪੇਨਿੰਗ ਨਹੀਂ ਕਰਨਾ ਹੈ, ਨਾ ਮੈਂ ਭਾਸ਼ਣ ਕਰਨਾ ਹੈ, ਮੈਂ ਗੱਲਾਂ ਕਰਨ ਆਪਣੇ ਆਪਣੀ ਧਰਤੀ ਦੇ ਲੋਕਾਂ ਨਾਲ। ਮੈਂ ਭਾਸ਼ਣ ਨਹੀਂ ਕਰਦਾ ਹੁੰਦਾ, ਮੈਂ ਗੱਲਾਂ ਹੀ ਕਰਦਾ ਹੁੰਦਾ, ਦਿਲ ਦੀਆਂ ਗੱਲਾਂ, ਉਹਨਾਂ ਦੇ ਦਿਲ ਦੀਆਂ ਗੱਲਾਂ, ਆਪਣੇ ਦਿਲ ਦੀਆਂ ਗੱਲਾਂ। ਭਾਸ਼ਣ 'ਚ ਕੀ ਰੱਖਿਆ, ਮੈਂ ਕੋਈ ਪੋਲੀਟੀਸ਼ੀਅਨ ਤਾਂ ਨਹੀਂ ਹਾਂ। ਹੁਣ ਪਤਾ ਨਹੀਂ ਕੀ ਕੁਛ ਕਰਦਾ, ਆ ਗਏ ਬਈ, ਹੁਣ ਤਾਂ ਕਰਨਾ ਕਰੂੰਗਾ ਹੀ ਨਾ। ਜਦ ਉਤਰੇ ਗਏ ਮੈਦਾਨ 'ਚ, ਫਿਰ ਦੇਖਾਂਗੇ ਕੀ ਕੀ ਹੁੰਦਾ। ਯਾਰ ਸਾਡਾ ਉਹ ਵੀ ਮੇਰਾ ਬੱਚਿਆਂ ਵਰਗਾ ਹੀ ਹੈ, ਸੱਚੀ ਗੱਲ। ਉਹਨਾਂ ਦੇ ਪਿਤਾ ਜੀ ਬਲਰਾਮ ਜਾਖੜ ਨਾਲ ਮੇਰੇ ਬਹੁਤ ਅੱਛੇ ਰਿਸ਼ਤੇ ਰਹੇ, ਬਹੁਤ ਪਿਆਰੇ ਰਿਸ਼ਤੇ ਰਹੇ। ਅਤੇ ਹੁਣ ਮੈਨੂੰ ਸਮਝ ਨਹੀਂ ਆਇਆ ਕਿ ਬਹਿਸ ਕੀ ਕਰਾਂਗੇ। ਹੁਣ ਸਨੀ ਉਹਨਾਂ ਤਾਂ ਬਹਿਸ ਨਹੀਂ ਸਕਦਾ, ਇਹਨਾਂ ਨੂੰ ਤਾਂ ਤਜਰਬਾ, ਇਹਨਾਂ ਦੇ ਪਿਤਾ ਜੀ ਵੀ ਸਿਆਸਤਦਾਨ ਸੀ, ਇਹ ਵੀ ਸਿਆਸਤਦਾਨ ਨੇ, ਅਸੀਂ ਆਏ ਹਾਂ ਇੰਡਸਟਰੀ ਤੋਂ, ਅਸੀਂ ਬਹਿਸਣ ਲਈ ਤਾਂ ਆਏ ਨਹੀਂ, ਅਸੀਂ ਲੋਕਾਂ ਦੇ ਦਰਦ ਸੁਣਨ ਵਾਸਤੇ ਆਏ ਹਾਂ। ਦਰਦ ਦੱਸੋ, ਕਿਉਂ ਸਾਨੂੰ ਪਿਆਰ ਹੈ, ਮੁਹੱਬਤ ਹੈ ਇਸ ਧਰਤੀ ਨਾਲ। ਇੱਥੇ ਡੰਗਰ ਚਾਰਦਾ ਗਿਆ ਮੈਂ, ਇੱਥੇ ਕੁਤਰੇ ਕੀਤੇ ਮਸ਼ੀਨ ਨਾਲ, ਇੱਥੇ ਚਰੀ ਕੱਟੀ ਹੈ ਸਖ਼ਤ ਹੁੰਦਾ, ਉਹਦੇ ਡੱਕਰੂ ਚੂਸਦਾ ਰਹਿੰਦਾ ਸੀ, ਨਾਲੇ ਮੈਂ ਕੁਤਰਾ ਖੜਦਾ ਸੀ। ਇਹ ਮਿੱਟੀ ਨੇ ਮੈਨੂੰ ਰੰਗ ਰੂਪ ਦਿੱਤਾ, ਜੋ ਵੀ ਦਿੱਤਾ, ਲੋਹਾ ਬਣਾ ਕੇ ਭੇਜਿਆ ਇੱਥੇ। 60 ਸਾਲ ਹੋ ਗਏ ਮੈਨੂੰ ਫਿਲਮ ਇੰਡਸਟਰੀ 'ਚ, ਦੁਨੀਆ ਭਰ ਤੋਂ ਰੱਜ ਕੇ ਪਿਆਰ ਮਿਲਿਆ। ਤੁਹਾਨੂੰ ਵੀ ਪਤਾ, ਹੁਣ ਤੁਸੀਂ ਗਵਾਹ ਹੋ ਸਾਰੇ, ਮੈਂ ਉੱਥੇ ਵੀ ਪੋਲੀਟਿਕਸ ਨਹੀਂ ਕੀਤਾ, ਉੱਥੇ ਵੀ ਦੁਕਾਨਦਾਰੀਆਂ ਚੱਲਦੀਆਂ, ਉੱਥੇ ਵੀ ਪੋਲੀਟਿਕਸ ਚੱਲਦਾ ਕਿ ਮੈਂ ਨੰਬਰ 1 ਹਾਂ, ਨੰਬਰ 2 ਹਾਂ, ਨੰਬਰ 3 ਹਾਂ, ਆ ਮੈਂ ਆਰਟ ਪਿੱਛੇ ਹੋਏ, ਮੈਨੂੰ ਲੋਕ ਪਿਆਰ ਕਰਦੇ ਆ। ਵੀ ਆਰ ਇਮੋਸ਼ਨਲ ਪੀਪਲ। ਉਹ ਜਿੰਨਾ ਮੈਂ, ਮੈਨੂੰ ਰੱਬ ਨੇ ਬਖਸ਼ਿਆ, ਜਿੰਨਾ ਦਿੱਤਾ, ਮੈਂ ਤਾਂ ਸੋਚਿਆ ਵੀ ਨਹੀਂ ਸੀ। ਹਾਂ, ਮੈਂ ਉਹ ਆਪਣੇ ਭੈਣ, ਮੈਂ ਵਿਨੋਦ, ਮੇਰਾ ਭਰਾ, ਛੋਟਾ ਭਰਾ, ਉਹ ਵੀ ਕੰਮ ਕਰਕੇ ਗਿਆ ਇੱਥੇ। ਕਹਿੰਦੇ ਵੀ ਆਰਟਿਸਟ ਆਉਂਦੇ ਆ, ਚਲੇ ਜਾਂਦੇ ਨੇ। ਉਹ ਸੀ ਆਰਟਿਸਟ ਨਹੀਂ ਆਇਆ, ਮੈਂ ਤਾਂ ਆਰਟਿਸਟ ਹੈ ਹੀ ਨਹੀਂ, ਮੈਂ ਤਾਂ ਪਹਿਲਾਂ ਬੰਦਾ। ਆਦਮੀ ਚੰਗਾ ਬੰਦਾ ਬਣ ਲਏ, ਉਹ ਸਭ ਕੁਝ ਹੋ ਜਾਂਦਾ। ਜੇ ਤੁਸੀਂ ਐਕਟਰ ਬਣ ਜਾਓ, ਵੱਡੇ ਤੋਂ ਵੱਡੇ ਬੰਦੇ ਅੱਛੇ ਨਹੀਂ, ਤਾਂ ਫਿਰ ਲਾਹਨਤ ਤਾਂ ਸਾਡੀ। ਉਹ ਵੀ ਵਿਨੋਦ ਵੀ ਕੰਮ ਕਰਕੇ ਗਿਆ, ਹੋ ਕੇ ਗਿਆ ਨਾ। ਔਰ ਮੈਂ ਜਿਹੜੇ ਕੰਮ ਵਿਕਨ 50 ਸਾਲ ਤੋਂ ਨਹੀਂ ਹੋਏ ਸੀ, ਉਹ 5 ਸਾਲਾਂ 'ਚ ਕਰਾ ਕੇ। ਤੁਸੀਂ ਚੰਗੇ ਬੰਦੇ ਆਓ, ਮੈਨੂੰ ਲੱਗਿਆ ਕਿ ਮੈਂ ਹੀ ਚੰਗਾ ਬੰਦਾ, ਸਾਰਾ ਹਿੰਦੁਸਤਾਨ ਦਾ ਬੜਾ ਦੇਸ਼ ਭਗਤ, ਮੈਂ ਹੀ ਕੰਮ ਕਰੂੰ। ਬੜਾ ਔਖਾ ਜਨਾਬ ਇਹ ਕੰਮ, ਇਹ ਨੰਗੀ ਤਲਵਾਰ 'ਤੇ ਚੱਲਣਾ, ਦੇਖੋ ਕੀ ਕੁਛ ਹੋ ਰਿਹਾ, ਚਾਰੋਂ ਪਾਸੇ ਗਾਲੀ ਗਲੋਚ। ਕਾਹਦੇ ਲਈ, ਸੇਵਾ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਸੱਤਾ ਉਹ ਚਾਹੀਦੀ ਹੈ, ਨਸ਼ਾ ਇਹਨਾਂ ਨੂੰ। ਬਲਰਾਮ ਜੀ ਮੈਨੂੰ ਮੇਰੇ ਖਿਆਲ ਪਹਿਲੀ ਵਾਰੀ ਮਿਲੇ, ਤਾਂ ਮੈਂ ਤਾਂ ਮੈਨੂੰ ਪਤਾ ਲੱਗਿਆ ਕਿ ਪੋਲੀਟਿਕਸ ਕੀ ਹੁੰਦਾ। ਮੈਨੂੰ MLA ਕੀ ਹੁੰਦਾ, MP ਕੀ ਹੁੰਦਾ ਨਹੀਂ ਪਤਾ ਸੀ। ਮੈਂ ਆਪਣੀ ਫਿਲਮ ਲਾਈਨ 'ਚ ਇੰਨਾ ਗੁੰਮ ਸੀ ਕਿ ਮੈਨੂੰ ਕੋਈ ਜ਼ਰੂਰਤ ਨਹੀਂ, ਇੰਨਾ ਨਸ਼ਾ ਸੀ ਮੈਂ ਰੱਬ ਦਾ। ਜਦ ਇਹਨਾਂ ਨੇ ਕਿਹਾ ਜੀ ਉੱਥੋਂ ਤੁਹਾਨੂੰ ਇਲੈਕਸ਼ਨ ਕਰਨਾ ਪਊ, ਮੰਨ ਗਿਆ ਮੈਂ। ਨਖੋਦਰ ਲਿਆ ਅਤੇ ਮੈਂ ਕਿਹਾ ਜੀ ਕਿੱਥੋਂ, ਉਹ ਕਹਿੰਦੇ ਜੀ ਪੰਜਾਬ ਤੋਂ। ਹੋਰ ਕਿੱਥੋਂ? ਮੈਂ ਕਿਹਾ ਜੀ ਪੰਜਾਬ ਤੋਂ ਕਿੱਥੋਂ? ਕਹਿੰਦੇ ਜੀ ਪਟਿਆਲੇ ਤੋਂ। ਮੈਂ ਕਿਹਾ ਪਟਿਆਲੇ ਤੋਂ?